Ayo. ਸਭ ਨੂੰ ਅਸਲਾਮ ਵਾਲੇਕੁਮ। ਜੈਸਾ ਕਿ ਬੱਚਾ ਬੱਚਾ ਜਾਣਦਾ, ਮੈਂ ਵਾਂ ਜੀ ਹਮਜ਼ਾ ਸਿੱਧੂ, ਮਿੰਬਰਾਂ ਦੇ ਖੂਹ ਵਾਲਾ। ਅਤੇ ਤੁਹਾਨੂੰ ਪਤਾ ਕਿ ਅਸੀਂ ਘਰ ਲਵਾਉਣਾ ਸੀ ਜੀ ਸੋਲਰ, ਕਿਉਂਕਿ ਬਿੱਲ ਭਰਾ ਜਾਂਦਾ ਉਹਦੇ ਵਾਸਤੇ। ਜੇ ਇਹਨਾਂ ਲੈ ਕੇ ਆਇਆ ਜਿਹਾ ਸਮਾਨ, ਸੋਲਰ ਪਲੇਟਾਂ ਅੰਦਰ ਪਈਆਂ ਨੇ, ਅਤੇ ਇਹਦੇ ਨਾਲ ਜੇ ਇਹਨਾਂ ਰੈਡੀ ਕਰਨਾ ਫਰੇਮ, ਉਹ ਚਾਹ ਝੋੜੀ ਆਏ ਨੇ, ਫਿਰ ਫਰੇਮ ਰੈਡੀ ਕਰਦੇ ਨੇ, ਅਤੇ ਫਰੇਮ ਉੱਤੇ ਲਾਉਂਦੇ ਹਾਂ ਕੋਠੇ 'ਤੇ, ਅਤੇ ਉੱਤੇ ਫਿਰ ਲਾਉਂਦੇ ਹਾਂ ਪਲੇਟਾਂ, ਅਤੇ ਯੂਜ਼ ਕਰਦੇ ਹਾਂ ਫਰੀ ਦੀ ਬਿਜਲੀ। ਏਡੀ ਫਰੀ ਕੋਈ ਨਹੀਂ, ਖਰਚਾ ਬੜਾ ਹੋਣਾ ਆਈ ਹੈ। ਚਾਹ ਝੋੜੀ ਜਾਏ ਬੁਸ਼ਕਰੀ ਦੇ ਵਿੱਚ, ਆਪਣਾ ਸਾਜ਼ੋ ਸਮਾਨ ਲੈ ਕੇ ਆਏ ਜੇ, ਮਸ਼ੀਨ ਮਸ਼ੂਨ ਵੈਲਡਾਂ ਵਾਲੀ। ਕਟਣ ਵਾਲੀ ਥੋੜਾ, ਠੋਕਣ ਵਾਲਾ, ਵੈਲਡਿੰਗ ਕਰਨ ਵਾਲਾ। ਫਰੇਮ ਕੋਠੇ ਉੱਤੇ ਰੈਡੀ ਕਰਨਾ, ਇੱਥੇ ਤਿਆਰ ਕਰਕੇ ਫਿਰ ਕਰਨਾ ਉੱਥੇ, ਇੱਥੋਂ ਤਿਆਰ ਕਰਕੇ, ਇੱਥੋਂ ਤਿਆਰ ਕਰਕੇ, ਇੱਥੋਂ ਚੜ ਜਾਏਗਾ ਨਾ ਆਰਾਮ ਨਾਲ। ਚਾਹ ਝੋੜੀ ਕਹਿੰਦੇ ਫਰੇਮ ਇੱਥੋਂ ਰੈਡੀ ਕਰਨਾ ਥੱਲੇ ਹੀ, ਰੈਡੀ ਕਰਕੇ ਫਿਰ ਕੋਠੇ ਚਾੜ ਲਾਂਗੇ। ਇਹ ਜੇ ਜੀ ਸਾਡੀਆਂ ਪਲੇਟਾਂ ਪਈਆਂ 10, ਜਿੰਨੇ ਵਲੋਗ ਨਹੀਂ ਵੇਖਿਆ ਕਿੱਥੋਂ ਲੈ ਕੇ ਆਏ ਹਾਂ, ਕਿੰਨੇ ਦੀਆਂ ਲੈ ਕੇ ਆਏ ਹਾਂ, ਉਹ ਵੀ ਜਿਵੇਂ ਵਲੋਗ ਤੁਸੀਂ ਵੇਖ ਲਓ। ਅਤੇ ਬਾਕੀ ਜੇ ਨਾ ਇਹ ਰਾਡ ਸ਼ਾਡ ਹਾ ਜੇ, ਜਿਹਦੇ ਨਾਲ ਵੈਲਡਿੰਗ ਵੁਲਡਿੰਗ ਕਰਦੇ ਨੇ, ਲੈ ਕੇ ਮੈਂ ਚੱਲਾਂ। ਵਲੋਗ ਜਿਹਾ 2, 3, 4, 5 ਵਾਲੀ ਵੇਖਿਆ ਕਰੋ, ਤਾਂ ਕਿ ਜਿਵੇਂ ਬਹੁਤਾ ਬਹੁਤਾ ਫਾਇਦਾ ਹੋਏ ਮੈਨੂੰ, ਅਤੇ ਫਿਰ ਜਿਵੇਂ ਨਾ ਆਪਣੇ ਘਰ ਦਾ ਜਿਹੜਾ ਜਿਹੜਾ ਕੰਮ ਹੁੰਦਾ ਨਾ, ਉਹ ਮੈਂ ਕਰ ਸਕਾਂ ਕਰਾਂ ਆਰਾਮ ਦੇ ਨਾਲ। ਹਾਂਜੀ, ਕਿਉਂਕਿ ਫਿਰ ਕਈ ਕੰਮ ਐਸੇ ਹੁੰਦੇ ਜਿਹਦੇ ਖਰਚਾ ਬਹੁਤਾ ਹੁੰਦਾ, ਅਤੇ ਵੀਡੀਓ ਜਿਹੜਾ ਮੇਰੀ ਥੋੜ੍ਹੀ ਵੇਖੀ ਜਾਂਦੀ ਹੈ, ਤਾਂ ਇੰਨਾ ਫਾਇਦਾ ਨਹੀਂ ਹੁੰਦਾ। ਇਸ ਵਾਸਤੇ ਜਿਵੇਂ ਨਾ ਵੀਡੀਓ ਜਿਹੜੇ ਮੇਰੀ ਪੂਰੀ ਵੇਖਿਆ ਕਰੋ, ਅਤੇ ਨਾਲੇ ਜਿਵੇਂ ਨਾ ਬਹੁਤ ਯਾਰ ਵੇਖਿਆ ਕਰੋ, ਕਮ ਸੇ ਕਮ 3-4 ਵਾਲੀ ਤਾਂ ਵੇਖ ਲਿਆ ਕਰੋ। ਹੈਲੋ ਜੀ ਭਾਈ, ਚਾਚੂ ਜਿਹੜਾ ਜਿਹਾ ਨਾ ਕੰਮ ਸਟਾਰਟ ਕਰ ਦਿੱਤਾ ਜੇ। ਚਾਹ ਪੀਓਗੇ ਕਿ ਬੋਤਲ ਹੋਣਾ? ਦੱਸਣਾ, ਕਈ ਬੰਦੇ ਹੁੰਦੇ ਚਾਹ ਪੀਂਦੇ, ਚਾਹ ਬਣਾ ਲਈਏ ਫਿਰ, ਖਾਲਸ ਦੁੱਧ ਦੀ ਤੁਹਾਨੂੰ ਚਾਹ ਪਿਆਨੇ ਆ ਆਪਣੇ ਘਰ ਦੀ। ਤੁਹਾਨੂੰ ਪਤਾ ਜੇ ਨਾ ਭੈਂਸਾਂ ਵੀ ਰੱਖੀਆਂ ਨੇ ਘਰ, ਅਤੇ ਦੁੱਧ ਖਾਲਸ ਹੁੰਦਾ, ਇਸ ਵਾਸਤੇ ਜੇ ਨਾ ਚਾਹ ਵੀ ਖਾਲਸ ਹੋਏਗੀ। ਉਲੀ ਸਾਡੂ ਬਾਹਰ ਨਿਕਲਿਆ, ਅੰਮੀ ਜੀ ਉੱਚੀ ਬੋਲੋ। ਹਾਂਜੀ ਆਖਿਆ, ਆਵਾਜ਼ ਆਈ ਨਹੀਂ? ਨਹੀਂ ਆਈ ਤਾਂ ਕੈਮਰਾ ਬੰਦ ਕਰ ਦੋ। ਚਲੋ ਜੀ, ਕੈਮਰਾ ਬੰਦ ਨਹੀਂ ਕਰ ਦੋ, ਉਹ ਮਿਸਤਰੀ ਆਇਆ ਤੇ ਚਾਹ ਪਕਾਓ ਨਾਲੇ। ਚਾਹ ਵੀ ਪੱਕ ਜਾਂਦੀ, ਉਹਨੂੰ ਕੁਛ ਕਰ ਤਾਂ ਲੈਣ ਦੇ, ਹਲੇ ਤਾਂ ਖਲੋਤਾ ਹੀ ਆਣ ਕੇ, ਉਹਨੇ ਕਾਲ ਕਰਨ ਵੀ ਲਾ ਪਿਆ। ਉਹ ਬੜਾ ਏਡਾ ਕਾਲਾ, ਆਪ ਹੀ ਪੱਕ ਜਾਂਦੀ ਹੈ ਚਾਹ। ਚਲੋ ਪਕਾਓ ਫਿਰ, ਜੋਗਰ ਆਪ ਹੀ ਪਕਾ ਲਿਆ ਚਾਹ। ਜੋਗਰ ਆਪ ਹੀ ਨਹੀਂ ਪਕਾਉਂਦਾ, ਜੋਗਰ ਦਾ ਸਿੱਖਿਆ ਦਾ ਵੀ ਜੋਗਰ ਕਰਦਾ। ਚਲੋ ਭਾਈ, ਮੈਂ ਆਪ ਹੀ ਪਕਾਉਣੀ ਪੈਣੀ। ਹਾਂਜੀ ਜੀ, ਚਾਹ ਮਜ਼ੇਦਾਰ ਹੈ? ਮਜ਼ੇਦਾਰ ਹੈ। ਖਾਲਸ ਹੈ ਕਿ ਪਾਣੀ ਪਾਇਆ? ਨਹੀਂ ਖਾਲਸ, ਖਾਲਸ ਹੀ ਆ। ਅੱਛਾ, ਚਲੋ ਫਿਰ ਠੀਕ। ਚਾਹ ਝੋਲੀ ਚਾਹ ਪੀਣ ਡੇ ਅੱਜ, ਨਾਲ ਨਾਲ ਜਾਣਾ ਕੰਮ ਵੀ ਕਰਨ ਡੇ ਅੱਜ। ਫਰੇਮ ਜਿਹਾ ਰੈਡੀ ਕਰਨਾ ਸੀ, ਉਹ ਜ਼ਰਾ ਇੱਥੇ ਰੱਖਾਂ, ਉਹਦੇ ਵਾਸਤੇ ਜਗ੍ਹਾ ਬਹੁਤੀ ਚਾਹੀਦੀ ਹੈ, ਕਿਉਂਕਿ ਸਾਰੀਆਂ ਪਲੇਟਾਂ ਦਾ ਇੱਥੋਂ ਹੀ
ਫਰੇਮ ਰੈਡੀ ਕਰਕੇ ਖੜਨੇ ਨਾ, ਉਹ ਵੇਲੇ ਚ ਜ਼ਰਾ ਛੋਟਾ ਸੀ ਕੰਮ, ਇਸ ਵਾਸਤੇ ਫਿਰ ਹਵੇਲੀ ਲਿਆ ਕੇ ਆਏ ਆ। ਸੋਲਰ ਫਰੇਮ ਵਾਲੇ, ਸੋਲਰ ਫਰੇਮ ਵਾਲੇ, ਸੋਲਰ ਫਰੇਮ ਵਾਲੇ, ਸੋਲਰ ਫਰੇਮ ਵਾਲੇ ਆਏ। ਇਹ ਜੋ ਜੀ ਫਰੇਮ ਰੈਡੀ ਹੋਣ ਡਿਆ। ਮੈਨੂੰ ਇਹ ਜੇ ਨਾ ਇਹ ਸਭ ਕੁਛ ਕੰਮ ਕੋਠੇ ਉੱਤੇ ਹੋਣਾ, ਪਰ ਇੱਥੇ ਜੇ ਨਾ ਕੰਮ ਉਲਟ ਹੋ ਗਿਆ, ਇਹਨੂੰ ਚੁੱਕ ਕੇ ਹੁਣ ਕੋਠੇ ਉੱਤੇ ਚਾੜਨਾ ਪੈਣਾ। ਅਸਲਾਮ ਵਾਲੇਕੁਮ, ਰੋਟੀਆਂ ਦੋ ਹਾਂ ਜੀ, 8 ਕ ਰੋਟੀਆਂ ਖਾਣ ਵਾਲੀਆਂ। ਹਾਂਜੀ ਦੇਸੀ ਦੇ ਰਹੋ। ਰੋਟੀ ਜਾਣਾ ਬਾਈ ਲੈਣ ਦੀ ਜੀ, ਮੈਂ ਕਿਹਾ ਦੁਪਹਿਰਾਂ ਦਾ ਲੰਚ ਕਰਾਈਏ ਮਿਸਤਰੀ ਸਾਹਿਬ ਨੂੰ, ਲੱਗੇ ਨੇ ਕੰਮ। ਮੈਂ ਰੋਟੀ ਲੈ ਕੇ ਆਇਆ ਵਾ ਤੇ ਮਿਸਤਰੀ ਸਾਹਿਬ ਬੜੀ ਜਾਣਾ ਗਾਇਬ ਹੋ ਗਏ, ਤੁਰ ਗਏ ਜੋੜੇ। ਚਾਚੂ ਸਦੀਕ ਵਾਸਤੇ ਰੋਟੀ ਛੋਟੀ ਪਾ ਕੇ ਰੱਖੀ ਜੇ, ਚਾਚੂ ਸਦੀਕ ਜੀ ਨਾ ਪੀ ਗਾਇਬ ਹੋ ਗਿਆ, ਨਜ਼ਰ ਹੀ ਨਹੀਂ ਆਉਣ ਡਿਆ। ਜੀ ਮੈਂ ਗਿਆ ਉਦੋਂ ਕੰਮ ਲੱਗੇ ਹਾਂ ਤੇ ਘਰ ਆਇਆ ਤੇ ਗਾਇਬ ਨੇ। ਸਮਾਨ ਸਮੂਨ ਇੱਥੇ ਸਾਰਾ ਪਿਆ, ਮਸ਼ੀਨ ਮਸ਼ੂਨ, ਗੱਡੀ ਵੀ ਇੱਥੇ ਖਲੋਤੀ ਹੈ ਚਾਚੂ ਹੋਣਾ ਦੀ, ਆਪ ਹੀ ਗਾਇਬ ਹੋ ਗਏ ਨੇ। ਉਹ ਗਰਮ ਗਰਮ ਰੋਟੀ ਲਿਆਂਦੀ, ਉਹਨਾਂ ਜਾਂਦੇ ਸੀ ਤਾਂ ਮੇਰੇ ਠੰਡੀ ਹੋਈ ਹੈ। ਵਾਹ ਬਾਈ ਵਾਹ, ਅਸੀਂ ਤੇ ਆ ਗਈਏ ਕਿ ਚਾਚੂ ਸਦੀਕ ਨੂੰ ਚੁੱਕ ਲੈ ਆ ਗਿਆ ਹੁਣ। ਮੈਂ ਇੱਥੇ ਲੱਭ ਲੱਭ ਪੂਰਾ ਪਿੰਡ ਫੇਰ ਆਇਆ, ਵਾਹ ਬੱਲੇ ਬਾਈ, ਮੈਂ ਰੋਟੀ ਲੈ ਕੇ ਆਇਆ, ਮੈਂ ਘਰੇ ਨਹੀਂ ਦਿਲ ਖਾਣ ਦਾ ਰਿਹਾ। ਚਾਚੂ ਜੀ ਹੋਰੇ ਜਿਹਾ ਨਾ ਬਾਈ ਆ ਹੀ ਗਏ ਨੇ, ਮੈਂ ਹੋਰੇ ਨਹੀਂ ਖਾਣ ਦਾ ਦਿਲ, ਰੋਟੀ ਆਸ ਵਾਸਤੇ ਤੁਰ ਗਏ ਨੇ। ਚਾਚੂ ਜੁੜੀ ਜਾਣਾ ਬਾਈ ਖਾਣਾ ਖਾਣ ਲੱਗ ਪਏ ਨੇ, ਮਜ਼ੇਦਾਰ ਹੈ ਲਓ ਜੀ ਬਾਈ ਮਜ਼ੇਦਾਰ ਹੈ। ਚਾਚੂ ਹੋੜੀ ਵੀ ਬਾਈ ਆ ਗਏ ਜੀ, ਆਇਓ ਬਾਈ ਖਾ ਲਓ, ਆਇਓ ਰੋਟੀ ਜ਼ਿੰਦਗੀ ਚ ਪਹਿਲੀ ਵਾਰੀ ਹੋਇਆ ਕਿ ਚਾਚੀ ਪੇਂਡੂ ਨੇ ਨਾ ਕੀਤੀ ਖਾਣ ਵਾਲੀ ਚੀਜ਼ ਤੋਂ, ਨਾ ਤੇ ਉਂਝ ਕਹਿੰਦੇ ਰਹਿੰਦੇ ਨੇ ਖਵਾਓ ਖਵਾਓ। ਆ ਵੇਖੋ ਆ ਫਰੇਮ ਸਹੀ ਬਣਨ ਦਿਆ, ਫਰੇਮ ਸਹੀ ਬਣਿਆ ਜੇ ਪਲੇਟਾਂ ਉੱਡ ਗਈਆਂ ਤੇ ਤੁਹਾਨੂੰ ਵੀ ਡਾ ਦਿਆਂਗੇ। ਰੋਟੀ ਖਾਓ ਰੋਟੀ ਖਾਓ ਬਾਈ। ਫੜੇਮ ਜੇ ਨਾ ਬਾਈ ਰੈਡੀ ਹੋ ਗਿਆ ਜੇ, ਹੁਣ ਜੇ ਇਹਨੂੰ ਚੁੱਕ ਕੇ ਉੱਤੇ ਜਾਣ ਲੱਗਿਆ ਕੋਠੇ ਦੇ ਸਟੈਂਡ ਜੀ ਨੇ, ਫਿਰ ਉੱਤੇ ਚਾੜਨ ਦੇ ਥੋੜ੍ਹਾ ਗੁੱਤੇ ਹੋਇਆ। ਫਰੇਮ ਜੀ ਨੇ ਬਾਈ
ਫਰੇਮ ਜਿਹਾ ਨਾ ਭਾਈ ਕੋਠੇ ਤੇ ਚਾੜ ਰਿਹਾ ਜੇ ਹਜੇ ਜਿਹਾ ਥੱਲੇ ਸਪੋਰਟਾਂ ਲੱਗਣੀਆਂ ਨੇ ਮੈਨੂੰ ਜਿਹਾ ਨਾ ਭਾਈ ਸੱਟ ਵੀ ਲੱਗ ਗਈ ਜੇ ਪੱਤਰੀ ਫਿੜ ਗਈ ਇੱਥੇ ਚੈੱਕ ਕਰੋ ਹੁਣ ਜਿਹਾ ਨਾ ਕਮਰੇ 'ਚ ਆਏ ਹਾਂ ਇੱਥੋਂ ਜਿਹਾ ਨਾ ਮਹੀਨਾ ਹੈ ਇਹ ਸਪੋਰਟਾਂ ਨਾ ਹੋਇਆ ਗਾਰਡਰ ਦੇ ਨਾਲ ਕਣੀਆਂ ਨੇ ਵੈਲਡਰ ਉਹ ਮਹੀਨੇ ਆ ਕਿੰਨੀ ਦੂਰ ਤੱਕ ਗਾਰਡਰ ਉੱਥੋਂ ਫਿਰ ਪੁੱਟਣਾ ਪੈਣਾ ਥਾਂ ਬਾਕੀ ਜਿਹੜਾ ਕੰਮ ਹੈ ਨਾ ਹੁਣ ਫਿਰ ਕੋਠੇ ਉੱਤੇ ਹੀ ਹੈ ਪੁੱਟਣੀਆਂ ਥੱਲੋਂ ਥੱਲੇ ਜੇ ਛੱਤ ਦੀਆਂ ਟੀਆਂ ਨੇ ਨਾ ਉਹਦੇ ਨਾਲ ਇਹਨੂੰ ਵੈਲਡਿੰਗ ਕਰਨਾ ਤਾਂ ਕਿ ਮਜ਼ਬੂਤੀ ਹੋਏ ਬਾਕੀ ਸੀਮਟ ਅਤੇ ਬਜਰੀ ਵੀ ਘੋਲ ਕੇ ਇਹਦੀ ਸਪੋਰਟਾਂ ਦੁਆਲੇ ਪਾਉਣੀ ਹੋਈ ਹੈ ਹਜੇ ਕੰਮ ਹੋਣ ਵਾਲਾ ਬੜਾ ਹਜੇ ਟੈਨਸ਼ਨ ਨਹੀਂ ਲੈਣੀ ਇੱਕ ਮਿੰਟ ਖਲੋਈਓ ਥੱਲੇ ਕੱਪੜੇ ਜੀ ਅੱਗ ਹੀ ਨਾ ਲੱਗ ਜੇ ਵੈਲਡਿੰਗ ਕਰਾਉਂਦੇ ਨੇ ਨਾ ਤੇ ਚੰਗਿਆਰੇ ਨਿਕਲਦੇ ਨੇ ਤੇ ਉਹ ਥੱਲੇ ਡਿੱਗਦੇ ਨੇ ਥੱਲੇ ਕੱਪੜੇ ਨੇ ਮੈਂ ਕਿਤੇ ਉਹਨੂੰ ਅੱਗ ਹੀ ਨਾ ਲੱਗ ਜੇ ਮੈਂ ਤੇ ਪ੍ਰੋਗਰਾਮ ਨਵਾਂ ਹੀ ਵਰ ਜੇ ਫਰੇਮ ਜਿਹਾ ਨਾ ਥੱਲੇ ਕੋਠੇ ਦੀਆਂ ਜਿਹੜੀ ਟੀਆਂ ਪਈਆਂ ਨੇ ਲੋਹੇ ਦੀਆਂ ਹੁਣ ਇਹਦੇ ਨਾਲ ਫਰੇਮ ਕਰਾਉਂਦੇ ਉਹ ਫਰੇਮ ਆ ਨਾ ਪਿਆ ਵੈਲਡਿੰਗ ਕਰਾਉਂਦੇ ਨੇ ਜੋੜਨ ਦੇ ਨਾਲ ਬਾਹਰ ਜਿਹਾ ਇੰਨੀ ਧੁੱਪ ਹੈ ਮੈਨੂੰ ਉਹ ਕੱਪੜਿਆਂ ਵਿੱਚ ਗਰਮੀ ਬੜੀ ਲੱਗਣ ਦੀ ਸੀ ਇਸ ਵਾਸਤੇ ਮੈਂ ਕੱਪੜੇ ਬਦਲ ਆਇਆ ਵਾਂ ਚਾਚੂ ਜੁੜੇ ਜਿਹਾ ਨਾ ਆਪਣਾ ਕੰਮ ਜਾਣਾ ਕਰੀ ਜਾਣ ਡੇ ਅਸੀਂ ਵੀ ਕੋਲ ਖਲੋਤੇ ਹਾਂ ਜਿਹੜੀ ਚੀਜ਼ ਦੀ ਲੋੜ ਹੁੰਦੀ ਹੈ ਉਹ ਦੇਣ ਡਿਆ ਚਾਚੂ ਹੋਰਾਂ ਨੂੰ ਅਤੇ ਬਾਕੀ ਜਿਹਾ ਨਾ ਆਪਣੀ ਨਿਗਰਾਨੀ ਦੇ ਵਿੱਚ ਕੰਮ ਕਰਾਉਣ ਡੇ ਹਾਂ ਤਾਂ ਕੋਈ ਕਮੀ ਨਾ ਰਹੀ ਹੈ ਬੈਡ ਬੁੱਡ ਦੇ ਉੱਤੋਂ ਗੱਤੇ ਛੱਤੇ ਆ ਸਮਾਨ ਸਮੂਨ ਪਰਾਂ ਕਰ ਦਿੱਤਾ ਕਿਉਂਕਿ ਉੱਥੋਂ ਵੈਲਡਿੰਗ ਹੋਣਾ ਫਿਰ ਉਹ ਚੰਗਿਆਰੇ ਡੇਗਦੇ ਨੇ ਕਿਤੇ ਕੱਪੜੇ ਨੂੰ ਅੱਗ ਨਾ ਲੱਗ ਜਾਣ ਮਿਸਤਰੀ ਜਿਹਾ ਠੰਡਾ ਠਾਰ ਮਜ਼ੇਦਾਰ ਨਿੰਬੂ ਪਾਣੀ ਬਣਾ ਲਿਆ ਜੇ ਲਿਆ ਕੇ ਚੱਲੀਏ ਫਿਰ ਉੱਥੇ ਗਰਮੀ ਦੀ ਬਹਾਰ ਏ ਨਿੰਬੂ ਦਾ ਪਾਣੀ ਠੰਡਾ ਠਾਰ ਏ ਆਹ ਵੀ ਪੀਓ ਆਪਣੇ ਬੱਚਿਆਂ ਨੂੰ ਵੀ ਪਿਲਾਓ ਤੇ ਪਿੰਡ ਵਾਲਿਆਂ ਨੂੰ ਵੀ ਪਿਲਾਓ ਤੇ ਮਹੱਲੇ ਵਾਲਿਆਂ ਨੂੰ ਵੀ ਪਿਲਾਓ ਸਭ ਨੂੰ ਪਿਲਾਓ ਹੈਲੋ ਹਾਂਜੀ ਮਿਸਤਰੀ ਜੀ ਰੱਜ ਲਾਓ ਜਿੰਨਾ ਮਰਜ਼ੀ ਪੀਓ ਅਸੀਂ ਜੈਨ ਛੱਤ ਉੱਤੇ ਕੰਮ ਲੱਗੇ ਹਜੇ ਤੇ ਬਾਹਰ ਲੱਗਦਾ ਕੋਈ ਮਦਾਰੀ ਵਾਲਾ ਆਇਆ ਉਹ ਸਾਹਮਣੇ ਦਿਆਰੇ 'ਚ ਓ ਵੇਖੋ ਜੈਨ ਵਾਹਵਾ ਜਾਣੇ ਇਕੱਠੇ ਹੋਏ ਜੀ ਚਾਚੂ ਹੋਰੀ ਇੱਥੇ ਜਿਹਾ ਨਾ ਕੰਮ ਲੱਗੇ ਨੇ ਆਹੋ ਹਾਂ ਜਿਹੜਾ ਨਾ ਅਸੀਂ ਵੇਖ ਕੇ ਆਈਏ ਕੀ ਕਰਤੱਬ ਹੋ ਰਹੇ ਨੇ ਉੱਥੇ ਉੱਥੇ ਜਿਹਾ ਨਾ ਮਦਾਰੀ ਲੱਗੀ ਸੀ ਆਹ ਮੈਂ ਵੀਡੀਓ ਬਣਾਉਣ ਦਿਆ ਫਿਰ ਮੈਂ ਨਹੀਂ ਬਹੁਤੀ ਬਣਾਈ ਮੈਂ ਫਿਰ ਵਾਪਸ ਆ ਗਿਆ ਵੇਖ ਕੇ ਸਾਡੇ ਜਿਹਾ ਮਿਸਤਰੀ ਸਾਹਿਬ ਵੀ ਜਿਹਾ ਮਦਾਰੀ ਵੇਖਣ ਤੁਰ ਗਏ ਹਨ ਫਿਰ ਹੁਣ ਆਏ ਹਾਂ ਵਾਪਸ ਉਹ ਮੈਂ ਤਾਂ ਉੱਥੇ ਇਹੋ ਜਿਹੀ ਗੱਲਾਂ ਸੁਣਾਉਂਦਾ ਬੰਦਾ ਹਿੱਲਦਾ ਹੀ ਨਹੀਂ ਉੱਥੋਂ ਭਾਵੇਂ ਸਾਰੀ ਦਿਹਾੜੀ ਵੀ ਬੈਠ ਖਲੋਤਾ ਰਹੇ ਉਹ ਗੱਲਬਾਤ ਹੀ ਇਹੋ ਜਿਹੀ ਸੁਣਾਉਂਦੇ ਨੇ ਰੋਜ਼ੀ ਰੋਟੀ ਕਮਾਉਣੀ ਉਹਨਾਂ ਨੇ ਉਦੋਂ ਫੋਨ ਕਰਦੇ ਆ ਉਦੋਂ ਚਾੜਨਾ ਸੀ ਉੱਤੇ ਤੇ ਕੋਈ ਵੀ ਨਹੀਂ ਆਇਆ ਕੋਈ ਨੀ ਮੇਰੀ ਵਾਰੀ ਸੋਈ ਜਾਂਦੇ ਨੇ ਸਾਰੇ ਉਹ ਜੇਬ ਨੂੰ ਵੀ ਕਾਲ ਕੀਤੀ ਉਹ ਵੀ ਬਿਜ਼ੀ ਨੰਬਰ ਕਰਦਾ ਤੇਰੇ ਭਰਾ ਨੂੰ ਕੀਤੀ ਜਾਂਦਾ ਮੈਂ ਪੰਜਾਂ ਮਿੰਟਾਂ 'ਚ ਆਇਆ
ਉਹ ਸੁੱਤਿਆ ਕੋਈ ਵੀ ਨਹੀਂ ਆਇਆ ਫਿਰ ਆਪ ਹੀ ਜਾ ਰਿਹਾ ਸੀ ਮੈਂ ਅੱਗੋਂ ਅਸੀਂ ਵੀ ਨੰਬਰ ਬੀਜ਼ੀ ਕਰਾਂ ਕਰਾਂ ਗੇ ਉਹ ਬੜਾ ਪਹਾੜਾ ਸੀ ਪੁੱਛਦਾ ਚਾਚੂ ਸਦੀਕ ਨੂੰ ਛੇ ਬੰਦੇ ਲਾ ਕੇ ਚੜ੍ਹਾਂਗੇ ਫਿਰ ਇਹ ਵੇ ਮੇਰੀ ਉਂਗਲ ਪਾੜ ਗਈ ਹੈ ਵੇ ਸੋ ਗਿਆ ਤੇ ਦੂਸਰੇ ਨੂੰ ਕੀਤੀ ਉਹਨੇ ਨੰਬਰ ਹੀ ਬਿਜ਼ੀ ਕਰ ਦਿੱਤਾ ਮੈਂ ਕਿਹਾ ਚਲੋ ਅੱਗੋਂ ਅਸੀਂ ਵੀ ਨੰਬਰ ਬਿਜ਼ੀ ਕਰਾਂਗੇ ਸਾਨੂੰ ਕੀ ਆਪਣੇ ਕੰਮ ਵਾਲੀ ਤੇ ਘਰੋਂ ਮੈਨੂੰ ਕੱਢ ਚੋਕੇ ਲਾਈ ਜਾਂਦੇ ਨੇ ਫੇਰ ਜਿਹੜੀ ਤੂੰ ਮੈਨੂੰ ਕਾਲ ਕੀਤੀ ਆਂਦੀ ਤੂੰ ਉਹਨੂੰ ਤਸਦੀ ਮੈਂ ਵੀਡੀਓ ਮੈਂ ਵਹਾ ਦੇਣੀ ਹੈ ਕਿ ਅਗੂ ਬੀਜ਼ੀ ਕਰਨ ਰਿਹਾ ਹੈ ਤੂੰ ਕਾਲ ਕੀਤੀ ਮੈਨੂੰ ਵਹਾਇਆ ਨਹੀਂ ਤੂੰ ਕਾਲ ਕੀਤੀ 20 ਸਕਿੰਟ ਕਾਲ ਲਈ ਉਹ ਜਦੋਂ ਤੂੰ ਤਸਦੀਕ ਨੂੰ ਪੁੱਛਾਂ ਉਦੋਂ ਬਾਅਦ ਜੇ ਅੱਜ ਫਰੇਮ ਚੜ੍ਹਨ ਉਦੋਂ ਕਿਉਂ ਚੜ੍ਹਨ ਰਿਹਾ ਬੋਟੀਆਂ ਪੱਕਣੀ ਨਹੀਂ ਬਦਤਮੀਜ਼ੀ ਨਾ ਕਰੀ ਬਾਬੇ ਘਰ ਹਾਂ ਸਤਾਜ ਅਗੂ ਤੂੰ ਬੋਲਦਾ ਤੂੰ ਕਾਲ ਚੁੱਕਾ ਕਰ ਮੈਂ ਕਾਲ ਹੀ ਨਹੀਂ ਕਰਨੀ ਹੁਣ ਤੂੰ ਚੁੱਕੀ ਭਾਵੇਂ ਨਾ ਚੁੱਕੀ ਨਹੀਂ ਯਾਰ ਪਹਿਲਾਂ ਭਰਾ ਲਈ ਨਹੀਂ ਨਹੀਂ ਹੁਣ ਨਹੀਂ ਹੁਣ ਮੈਂ ਕਾਲ ਹੀ ਨਹੀਂ ਕਰਨੀ ਚਲੋ ਠੀਕ ਹੋ ਗਿਆ ਚਾਚੂ ਸਦੀਕ ਜਿਹਾ ਹੁਣ ਛੁੱਟੀ ਘਰ ਚੱਲਿਆ ਬਾਕੀ ਜੇ ਨਾ ਇਹਨਾਂ ਦੇ ਦੁਆਲੇ ਵਿੱਚ ਸੀਮਿੰਟ ਬਜਰੀ ਪਾਣੀ ਹੈ ਅਜੇ ਜਿਹੜੇ ਇੱਥੇ ਜੋੜ ਲੱਗੇ ਨੇ ਨਾ ਇਹ ਸਾਰਿਆਂ ਦੇ ਇਹ ਜਿਹੜੇ ਬਾਕੀ ਸਮਾਨ ਵਧਿਆ ਨਾ ਇਹ ਇੱਥੇ ਰੱਖ ਦਿੱਤਾ ਇਹ ਸੁਬਾਹ ਯੂਜ਼ ਹੋਣਾ ਚਾਹੀਦਾ ਇੱਥੇ ਸਾਰੇ ਥਾਂ ਸਪੋਰਟਾਂ ਲਾਹਣੀਆਂ ਇੰਨੀਆਂ ਸਪੋਰਟਾਂ ਲਾਹਣੀਆਂ ਤੂਫਾਨ ਆਏ ਮਾਸਾ ਹਿੱਲੇ ਵੀ ਨਾ ਹਾਂ ਚਲੋ ਜੀ ਬਾਈ ਛੁੱਟੀ ਟਾਈਮ ਹੋ ਗਿਆ ਫਰਿੱਜ ਕੇ ਹੋਰ ਚਾਚੂ ਜੋੜੀ ਕਰ ਦਿਆ ਨਾ ਤੁਰ ਚਲੋ ਜੀ ਵਾਪਸ